ਸਤਿ ਸ਼੍ਰੀ ਅਕਾਲ ਜੀ, ਮੈਂ ਗੁਰੂ ਹਰਕਿਸ਼ਨ ਹੈਬੋਵਾਲ ਤੋਂ। ਇਹ ਦੋ ਹਸਬੈਂਡ ਵਾਈਫ ਦੁਕਾਨ 'ਤੇ ਆਏ ਸੀਗੇ, ਇਹਨਾਂ ਨੇ ਗੂਗਲ ਪੇ ਕੀਤੇ ਨੇ ਅਤੇ ਸਮਾਨ ਮੇਰੇ ਕੋਲ 10,000 ਦਾ ਲੈ ਗਏ ਨੇ ਇੱਕ, ਅਤੇ 6500 ਇੱਕ, 16,500 ਸਮਾਨ ਲੈ ਗਏ ਨੇ, ਪਰ ਗੂਗਲ ਪੇ 'ਚ ਪੈਸੇ ਨਹੀਂ ਆਏ ਇਹਨਾਂ ਦੇ। ਮੈਨੂੰ ਉਹਨੇ ਸਕਰੀਨਸ਼ੋਟ ਵੀ ਦਿਖਾ ਦਿੱਤਾ, ਜਿਹੜਾ ਹੋਰਨ ਜਿਹਾ ਵੱਜਦਾ ਕੁੜੂੰ ਕਰਕੇ ਉਹ ਵੀ ਦਿਖਾ ਦਿੱਤਾ। ਅਤੇ ਫਿਰ ਇਹਨਾਂ ਨੂੰ ਮੈਂ ਕਿਹਾ ਕਿ ਬਾਈ ਪੈਸੇ ਤੁਹਾਡੇ ਆਏ ਨਹੀਂ ਗਏ, ਅਤੇ ਕਹਿੰਦੇ ਆ ਜਾਣਗੇ, ਸਰਵੇ ਡਾਊਨ ਹੈਗਾ। ਅਤੇ ਮੈਂ ਕਿਹਾ ਚਲੋ ਕੋਈ ਨਹੀਂ, ਇਹਨਾਂ ਨੰਬਰ ਲੈ ਕੇ ਰੱਖ ਲਓ। ਅਤੇ ਅੱਜ ਇਹਨਾਂ ਦਾ ਫੋਨ ਵੀ ਸਵਿੱਚ ਔਫ ਹੈ 2 ਦਿਨ ਤੋਂ, ਅਤੇ ਨਾ ਕੋਈ ਮੇਰੇ ਨਾਲ ਸੰਪਰਕ ਕਰਨੇ ਨੇ, ਨਾ ਉਹਨਾਂ ਮਿਲਦੇ ਨੇ। ਸੋ ਇਹਨਾਂ ਨੂੰ ਪਛਾਣੋ ਪਲੀਜ਼, ਅਤੇ ਜੋ ਮੇਰੀ ਪੇਮੈਂਟ ਹੈ, ਕੋਈ ਇਹਨਾਂ ਨੂੰ ਕੋਈ ਜਾਣਦਾ, ਕੋਈ ਇਹਨਾਂ ਨੂੰ ਪਲੀਜ਼ ਮੈਨੂੰ ਦੱਸਿਓ। ਸੰਦੀਪ ਕੁਮਾਰ ਇਹਨਾਂ ਨਾਮ ਹੈ, HDFC ਬੈਂਕ 'ਚ ਲੱਗੇ ਹੋਏ ਨੇ। ਸੰਦੀਪ ਕੁਮਾਰ HDFC ਬੈਂਕ 'ਚ ਲੱਗੇ ਹੋਏ ਨੇ। ਥੈਂਕ ਯੂ। ਸੁਨਿਆਰ ਨਾਲ ਠੱਗੀ ਕਰ ਗਏ ਪਤੀ ਪਤਨੀ, ਆਨਲਾਈਨ ਪੇਮੈਂਟ ਦੇ ਨਾਮ ਤੇ ਲਾਇਆ ਚੂਨਾ, ਸੁਨਿਆਰ ਉਡੀਕਦਾ ਰਹਿ ਗਿਆ ਖਾਤੇ 'ਚ ਪੇਮੈਂਟ। ਠੱਗ ਲਗਾਤਾਰ ਨਵੇਂ ਨਵੇਂ ਤਰੀਕੇ ਦੇ ਨਾਲ ਠੱਗੀਆਂ ਕਰਦੇ ਰਹਿੰਦੇ ਨੇ, ਤਾਂ ਇੱਥੇ ਇਹਨਾਂ ਦੇ ਵੱਲੋਂ ਹੁਣ ਇੱਕ ਸੁਨਿਆਰ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਕਿ ਪਤੀ ਪਤਨੀ ਦੁਕਾਨ ਦੇ ਵਿੱਚ ਆਉਂਦੇ ਨੇ ਤਾਂ 16,000 ਦੇ ਕਰੀਬ ਦਾ ਉਹਨਾਂ ਦੇ ਵੱਲੋਂ ਸੋਨਾ ਖਰੀਦਿਆ ਜਾਂਦਾ, ਤਾਂ ਜਦ ਪੇਮੈਂਟ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦੇ ਵੱਲੋਂ ਸਾਰੀ ਪੇਮੈਂਟ ਆਨਲਾਈਨ ਕਰਨ ਦੀ ਗੱਲ ਕਹੀ ਜਾਂਦੀ ਹੈ। ਤਾਂ ਫਿਰ ਦੁਕਾਨਦਾਰ ਦੇ ਵੱਲੋਂ ਵੀ ਸਕੈਨਰ ਦਿੱਤਾ ਜਾਂਦਾ ਹੈ, ਜਿਸ 'ਤੇ ਉਹਨਾਂ ਦੇ ਵੱਲੋਂ 16,000 ਰੁਪਏ ਦੀ ਪੇਮੈਂਟ ਕੀਤੀ ਤਾਂ ਜਾਂਦੀ ਹੈ, ਪਰ ਸੁਨਿਆਰ ਦੇ ਖਾਤੇ ਦੇ ਵਿੱਚ 1 ਰੁਪਈਆ ਨਹੀਂ ਆਉਂਦਾ, ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਸਦੇ ਕੋਲ ਕੋਈ ਪੇਮੈਂਟ ਨਹੀਂ ਆਈ ਹੈ ਅਤੇ ਨਾ ਹੀ ਇਸ ਸੰਬੰਧੀ ਕੋਈ ਮੈਸੇਜ ਆਇਆ। ਜਿਸ 'ਤੇ ਇਹਨਾਂ ਪਤੀ ਪਤਨੀ ਨੇ ਕਿਹਾ ਕਿ ਥੋੜ੍ਹੇ ਸਮੇਂ ਦੇ ਵਿੱਚ ਇਹ ਸਾਰੀ ਪੇਮੈਂਟ ਆ ਜਾਵੇਗੀ, ਤਾਂ ਸਰਵਰ ਡਾਊਨ ਹੈ ਜਿਸ ਨੂੰ ਲੈ ਕੇ ਇਹ ਪੇਮੈਂਟ ਲੇਟ ਹੋ ਗਈ ਹੈ, ਪਰ ਸੁਨਿਆਰ ਨੂੰ ਕੋਈ ਵੀ ਮੈਸੇਜ ਨਹੀਂ ਆਉਂਦਾ। ਤਾਂ ਦੱਸ ਦਈਏ ਕਿ ਇਹ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਸੁਨਿਆਰ ਦੇ ਨਾਲ ਆਨਲਾਈਨ ਠੱਗੀ ਹੋਈ ਹੈ, ਜਿੱਥੇ ਪਤੀ ਪਤਨੀ ਦੇ ਵੱਲੋਂ ਇਸ ਨੂੰ ਚੂਨਾ ਲਗਾਇਆ ਗਿਆ। ਤਾਂ ਦੱਸ ਦਈਏ ਕਿ ਜਦ ਇਹ ਪੇਮੈਂਟ ਨਹੀਂ ਆਉਂਦੀ ਤਾਂ ਸੁਨਿਆਰ ਦੇ ਵੱਲੋਂ ਇਹਨਾਂ ਤੋਂ ਮੋਬਾਈਲ ਨੰਬਰ ਵੀ ਲਿਆ ਜਾਂਦਾ, ਜਿਸ ਤੋਂ ਬਾਅਦ ਜਦ ਉਸਨੇ ਇਸ ਨੰਬਰ 'ਤੇ ਫੋਨ ਲਗਾਇਆ ਤਾਂ ਉਹ ਨੰਬਰ ਬੰਦ ਹੁੰਦਾ, ਤਾਂ ਸੁਨਿਆਰ ਨੂੰ ਪਤਾ ਲੱਗ ਜਾਂਦਾ ਹੈ ਕਿ ਉਸਦੇ ਨਾਲ ਠੱਗੀ ਹੋ ਗਈ ਹੈ, ਜਿਸ ਤੋਂ ਬਾਅਦ ਉਸਨੇ ਇਸ ਸੰਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਅਤੇ ਨਾਲ ਹੀ ਹੁਣ ਦੂਸਰੇ ਲੋਕਾਂ ਨੂੰ ਵੀ ਸੰਦੇਸ਼ ਦੇ ਰਿਹਾ ਕਿ ਅਜਿਹੀਆਂ ਠੱਗੀਆਂ ਤੋਂ ਸੁਚੇਤ ਰਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਵਰਿੰਦਰਦੀਪ ਸਿੰਘ, ਗੁਰੂ ਹਰਕਿਸ਼ਨ ਹੈਬੋਵਾਲ ਤੋਂ। 30 ਤਰੀਕ ਨੂੰ ਮੇਰੇ ਕੋਲ ਹਸਬੈਂਡ ਵਾਈਫ ਸਮਾਨ ਲੈਣ ਆਏ ਸੀਗੇ, 16,500 ਦਾ ਸਮਾਨ ਮੇਰੇ ਕੋਲ ਲੈ ਕੇ ਗਏ ਨੇ। ਉਹ ਕਹਿੰਦੇ ਅਸੀਂ ਪੇਮੈਂਟ ਜਿਹੜੀ ਕਰਨੀ ਹੈ ਆਨਲਾਈਨ ਕਰਨੀ ਹੈ, ਅਤੇ ਉਹਨਾਂ ਨੂੰ ਮੈਂ ਫਿਰ ਆਪਣਾ QR ਦਿੱਤਾ ਅਤੇ ਉਹਨਾਂ ਨੇ ਪੇਮੈਂਟ ਕੀਤੀ, ਅਤੇ ਮੈਨੂੰ ਕੋਈ ਮੈਸੇਜ ਨਹੀਂ ਆਇਆ। ਮੈਂ ਕਿਹਾ ਕੋਈ ਮੈਸੇਜ ਆਇਆ ਨੀਗਾ, ਸ਼ਾਇਦ ਤੁਹਾਡੀ ਇਹ 'ਚ ਕੋਈ ਪ੍ਰੋਬਲਮ ਹੋਣੀ, ਦੁਬਾਰਾ ਕਰਕੇ ਦੇਖ ਲਓ। ਅਤੇ ਕਹਿੰਦੇ ਕੋਈ ਨਹੀਂ ਬਾਈ, ਮੇਰਾ ਸਰਵੇ ਥੋੜ੍ਹਾ ਡਾਊਨ ਹੈਗਾ ਅਤੇ 10 ਜਾਂ 15 ਮਿੰਟ ਤੁਹਾਨੂੰ ਆ ਜਾਏਗੀ, ਅਤੇ ਟਾਈਮ ਥੋੜ੍ਹਾ ਜ਼ਿਆਦਾ ਹੋ ਗਿਆ, 8:30 ਵੱਜ ਗਏ ਸੀਗੇ। ਮੈਂ ਚਲੋ ਆਪਣਾ ਫੋਨ ਨੰਬਰ ਦੇ ਦਿਓ ਅਤੇ ਕੋਈ ਦਿੱਕਤ ਹੋਈ ਆਪਾਂ ਗੱਲ ਕਰ ਲਾਂਗੇ। ਅਤੇ ਉਹਨਾਂ ਨੇ ਆਪਣਾ ਫੋਨ ਨੰਬਰ ਦੇ ਦਿੱਤਾ। ਉਸ ਤੋਂ ਬਾਅਦ ਸਵੇਰੇ ਜਦੋਂ ਮੈਂ ਦੇਖਿਆ ਪੇਮੈਂਟ ਨਹੀਂ ਆਈ, 9-10 ਵਜੇ ਬੰਦਾ ਦੇਖਦਾ, ਮੈਂ ਅਕਾਊਂਟ ਚੈੱਕ ਕੀਤਾ, ਪੇਮੈਂਟ ਨਹੀਂ ਆਈ। ਅਤੇ ਫਿਰ ਉਹਨਾਂ ਨੂੰ ਮੈਂ ਫੋਨ ਕੀਤਾ ਕਿ ਭਾਈ ਸਾਹਿਬ ਤੁਹਾਡਾ ਪੇਮੈਂਟ ਨਹੀਂ ਆਈ। ਕਹਿੰਦੇ ਕੋਈ ਨਹੀਂ ਭਾਈ, 3 ਵਜੇ ਤੱਕ ਪੇਮੈਂਟ ਆ ਜਾਏਗੀ ਤੁਹਾਨੂੰ, ਮੈਂ ਬੈਂਕ ਹੀ ਜਾ ਰਿਹਾ। ਉਸ ਤੋਂ ਬਾਅਦ ਇਹਨਾਂ ਨੇ ਫੋਨ ਵੀ ਬੰਦ ਕਰਤਾ, ਫਿਰ ਆਨਲਾਈਨ ਹੁੰਦੇ ਨੇ ਵਟਸਐਪ 'ਤੇ, ਆਨਲਾਈਨ ਵੀ ਇਹਨਾਂ ਨੇ ਵਟਸਐਪ ਵੀ ਬੰਦ ਕਰਤਾ, ਮੈਨੂੰ ਬਲੌਕ ਕਰ ਛੱਡਿਆ। ਠੀਕ ਹੈ, ਤਾਂ ਮੈਂ ਸਾਰੇ ਆਪਣੇ ਦੁਕਾਨਦਾਰ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ ਬੰਦੇ ਤੋਂ, ਇੱਦਾਂ ਦੇ ਲੋਕਾਂ ਤੋਂ ਬਚ ਕੇ ਰਹੋ। ਸਭ ਤੋਂ ਪਹਿਲਾਂ ਜਦੋਂ ਤੁਹਾਨੂੰ ਕੋਈ ਪੇਮੈਂਟ ਪਾਉਂਦਾ, ਸਭ ਤੋਂ ਪਹਿਲਾਂ ਉਹਦੇ ਮੈਸੇਜ ਦੇਖੋ। ਫੇਕ ਮੈਸੇਜ ਲੋਕ ਅੱਜ ਕੱਲ੍ਹ ਫਰੋਡ ਕਰਕੇ ਜਾ ਰਹੇ ਨੇ, ਮੇਰੇ ਨਾਲ ਤਾਂ ਫਰੋਡ ਹੋ ਗਿਆ, ਤੁਹਾਡੇ ਕਿਸੇ ਨਾਲ ਫਰੋਡ ਨਾ ਹੋਵੇ। ਸੋ ਇਹ ਜੋ ਲੋਕ ਨੇ ਇਹਨਾਂ ਨੂੰ ਪਛਾਣੋ ਅਤੇ ਮੇਰੀ ਹੈਲਪ ਕਰੋ ਇਹਨਾਂ ਨੂੰ ਫੜਨ 'ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰੂ ਹਰਕਿਸ਼ਨ ਹੈਬੋਵਾਲ ਤੋਂ।
ਇਹ ਦੋ ਹਸਬੈਂਡ ਵਾਈਫ ਦੁਕਾਨ 'ਤੇ ਆਏ ਸੀਗੇ, ਇਹਨਾਂ ਨੇ ਗੂਗਲ ਪੇ ਕੀਤੇ ਨੇ ਅਤੇ ਸਮਾਨ ਮੇਰੇ ਕੋਲ 10,000 ਦਾ ਲੈ ਗਏ ਨੇ ਇੱਕ, ਅਤੇ 6500 ਦਾ ਇੱਕ, 16,500 ਸਮਾਨ ਲੈ ਗਏ ਨੇ, ਪਰ ਗੂਗਲ ਪੇ 'ਚ ਪੈਸੇ ਨਹੀਂ ਆਏ ਇਹਨਾਂ ਦੇ। ਮੈਨੂੰ ਉਹਨੇ ਸਕਰੀਨਸ਼ੋਟ ਵੀ ਦਿਖਾ ਦਿੱਤਾ, ਜਿਹੜਾ ਹੋਰਨ ਜਿਹਾ ਵੱਜਦਾ ਕੁੜੂ ਕਰਕੇ ਉਹ ਵੀ ਦਿਖਾ ਦਿੱਤਾ, ਅਤੇ ਫਿਰ ਇਹਨਾਂ ਨੂੰ ਮੈਂ ਕਿਹਾ ਕਿ ਬਾਈ ਪੈਸੇ ਤੁਹਾਡੇ ਆਏ ਨਹੀਂ ਗਏ, ਅਤੇ ਕਹਿੰਦੇ ਆ ਜਾਣਗੇ, ਸਰਵੇ ਡਾਊਨ ਹੈਗਾ। ਅਤੇ ਮੈਂ ਕਿਹਾ ਚਲੋ ਕੋਈ ਨਹੀਂ, ਇਹਨਾਂ ਨੰਬਰ ਲੈ ਕੇ ਰੱਖ ਲਓ। ਅਤੇ ਅੱਜ ਇਹਨਾਂ ਦਾ ਫੋਨ ਵੀ ਸਵਿੱਚ ਔਫ ਹੈ 2 ਦਿਨ ਤੋਂ, ਅਤੇ ਨਾ ਕੋਈ ਮੇਰੇ ਨਾਲ ਸੰਪਰਕ ਕਰਨੇ ਨੇ, ਨਾ ਉਹਨਾਂ ਮਿਲਦੇ ਨੇ। ਸੋ ਇਹਨਾਂ ਨੂੰ ਪਛਾਣੋ ਪਲੀਜ਼, ਅਤੇ ਜੋ ਮੇਰੀ ਪੇਮੈਂਟ ਹੈ, ਕੋਈ ਇਹਨਾਂ ਨੂੰ ਕੋਈ ਜਾਣਦਾ ਹੈ, ਕੋਈ ਇਹਨਾਂ ਨੂੰ ਪਲੀਜ਼ ਮੈਨੂੰ ਦੱਸਿਓ। ਸੰਦੀਪ ਕੁਮਾਰ ਇਹਨਾਂ ਨਾਮ ਹੈ, HDFC ਬੈਂਕ 'ਚ ਲੱਗੇ ਹੋਏ ਨੇ, ਸੰਦੀਪ ਕੁਮਾਰ HDFC ਬੈਂਕ 'ਚ ਲੱਗੇ ਹੋਏ ਨੇ। ਥੈਂਕ ਯੂ। ਸੁਨਿਆਰ ਨਾਲ ਠੱਗੀ ਕਰ ਗਏ ਪਤੀ ਪਤਨੀ, ਆਨਲਾਈਨ ਪੇਮੈਂਟ ਦੇ ਨਾਮ ਤੇ ਲਾਇਆ ਚੂਨਾ, ਸੁਨਿਆਰ ਉਡੀਕਦਾ ਰਹਿ ਗਿਆ ਖਾਤੇ 'ਚ ਪੇਮੈਂਟ। ਠੱਗ ਲਗਾਤਾਰ ਨਵੇਂ ਨਵੇਂ ਤਰੀਕੇ ਦੇ ਨਾਲ ਠੱਗੀਆਂ ਕਰਦੇ ਰਹਿੰਦੇ ਨੇ, ਤਾਂ ਇੱਥੇ ਇਹਨਾਂ ਦੇ ਵੱਲੋਂ ਹੁਣ ਇੱਕ ਸੁਨਿਆਰ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਕਿ ਪਤੀ ਪਤਨੀ ਦੁਕਾਨ ਦੇ ਵਿੱਚ ਆਉਂਦੇ ਨੇ ਤਾਂ 16,000 ਦੇ ਕਰੀਬ ਦਾ ਉਹਨਾਂ ਦੇ ਵੱਲੋਂ ਸੋਨਾ ਖਰੀਦਿਆ ਜਾਂਦਾ, ਤਾਂ ਜਦ ਪੇਮੈਂਟ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦੇ ਵੱਲੋਂ ਸਾਰੀ ਪੇਮੈਂਟ ਆਨਲਾਈਨ ਕਰਨ ਦੀ ਗੱਲ ਕਹੀ ਜਾਂਦੀ ਹੈ। ਤਾਂ ਫਿਰ ਦੁਕਾਨਦਾਰ ਦੇ ਵੱਲੋਂ ਵੀ ਸਕੈਨਰ ਦਿੱਤਾ ਜਾਂਦਾ ਹੈ, ਜਿਸ 'ਤੇ ਉਹਨਾਂ ਦੇ ਵੱਲੋਂ 16,000 ਰੁਪਏ ਦੀ ਪੇਮੈਂਟ ਕੀਤੀ ਤਾਂ ਜਾਂਦੀ ਹੈ, ਪਰ ਸੁਨਿਆਰ ਦੇ ਖਾਤੇ ਦੇ ਵਿੱਚ ਇੱਕ ਵੀ ਰੁਪਈਆ ਨਹੀਂ ਆਉਂਦਾ, ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਸਦੇ ਕੋਲ ਕੋਈ ਪੇਮੈਂਟ ਨਹੀਂ ਆਈ ਹੈ ਅਤੇ ਨਾ ਹੀ ਇਸ ਸੰਬੰਧੀ ਕੋਈ ਮੈਸੇਜ ਆਇਆ। ਜਿਸ 'ਤੇ ਇਹਨਾਂ ਪਤੀ ਪਤਨੀ ਨੇ ਕਿਹਾ ਕਿ ਥੋੜ੍ਹੇ ਸਮੇਂ ਦੇ ਵਿੱਚ ਇਹ ਸਾਰੀ ਪੇਮੈਂਟ ਆ ਜਾਵੇਗੀ, ਤਾਂ ਸਰਵਰ ਡਾਊਨ ਹੈ ਜਿਸ ਨੂੰ ਲੈ ਕੇ ਇਹ ਪੇਮੈਂਟ ਲੇਟ ਹੋ ਗਈ ਹੈ, ਪਰ ਸੁਨਿਆਰ ਨੂੰ ਕੋਈ ਵੀ ਮੈਸੇਜ ਨਹੀਂ ਆਉਂਦਾ। ਤਾਂ ਦੱਸ ਦਈਏ ਕਿ ਇਹ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਸੁਨਿਆਰ ਦੇ ਨਾਲ ਆਨਲਾਈਨ ਠੱਗੀ ਹੋਈ ਹੈ, ਜਿੱਥੇ ਪਤੀ ਪਤਨੀ ਦੇ ਵੱਲੋਂ ਇਸ ਨੂੰ ਚੂਨਾ ਲਗਾਇਆ ਗਿਆ। ਤਾਂ ਦੱਸ ਦਈਏ ਕਿ ਜਦ ਇਹ ਪੇਮੈਂਟ ਨਹੀਂ ਆਉਂਦੀ ਤਾਂ ਸੁਨਿਆਰ ਦੇ ਵੱਲੋਂ ਇਹਨਾਂ ਤੋਂ ਮੋਬਾਈਲ ਨੰਬਰ ਵੀ ਲਿਆ ਜਾਂਦਾ, ਜਿਸ ਤੋਂ ਬਾਅਦ ਜਦ ਉਸਨੇ ਇਸ ਨੰਬਰ 'ਤੇ ਫੋਨ ਲਗਾਇਆ ਤਾਂ ਉਹ ਨੰਬਰ ਬੰਦ ਹੁੰਦਾ, ਤਾਂ ਸੁਨਿਆਰ ਨੂੰ ਪਤਾ ਲੱਗ ਜਾਂਦਾ ਹੈ ਕਿ ਉਸਦੇ ਨਾਲ ਠੱਗੀ ਹੋ ਗਈ ਹੈ, ਜਿਸ ਤੋਂ ਬਾਅਦ ਉਸਨੇ ਇਸ ਸੰਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਅਤੇ ਨਾਲ ਹੀ ਹੁਣ ਦੂਸਰੇ ਲੋਕਾਂ ਨੂੰ ਵੀ ਸੰਦੇਸ਼ ਦੇ ਰਿਹਾ ਕਿ ਅਜਿਹੀਆਂ ਠੱਗੀਆਂ ਤੋਂ ਸੁਚੇਤ ਰਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਵਰਿੰਦਰਦੀਪ ਸਿੰਘ, ਗੁਰੂ ਹਰਕਿਸ਼ਨ ਹੈਬੋਵਾਲ ਤੋਂ। 30 ਤਰੀਕ ਨੂੰ ਮੇਰੇ ਕੋਲ ਹਸਬੈਂਡ ਵਾਈਫ ਸਮਾਨ ਲੈਣ ਆਏ ਸੀਗੇ, 16,500 ਦਾ ਸਮਾਨ ਮੇਰੇ ਕੋਲ ਲੈ ਕੇ ਗਏ ਨੇ। ਉਹ ਕਹਿੰਦੇ ਅਸੀਂ ਪੇਮੈਂਟ ਜਿਹੜੀ ਕਰਨੀ ਹੈ ਆਨਲਾਈਨ ਕਰਨੀ ਹੈ, ਅਤੇ ਉਹਨਾਂ ਨੂੰ ਮੈਂ ਫਿਰ ਆਪਣਾ ਕਿਊ ਬਾਰ ਦਿੱਤਾ ਅਤੇ ਉਹਨਾਂ ਨੇ ਪੇਮੈਂਟ ਕੀਤੀ ਅਤੇ ਮੈਨੂੰ ਕੋਈ ਮੈਸੇਜ ਨਹੀਂ ਆਇਆ। ਮੈਂ ਕਿਹਾ ਕੋਈ ਮੈਸੇਜ ਆਇਆ ਨੀਗਾ, ਸ਼ਾਇਦ ਤੁਹਾਡੀ ਇਹ 'ਚ ਕੋਈ ਪ੍ਰੋਬਲਮ ਹੋਣੀ, ਦੁਬਾਰਾ ਕਰਕੇ ਦੇਖ ਲਓ। ਅਤੇ ਕਹਿੰਦੇ ਕੋਈ ਨਹੀਂ ਬਾਈ, ਮੇਰਾ ਸਰਵੇ ਥੋੜ੍ਹਾ ਡਾਊਨ ਹੈਗਾ ਅਤੇ 10 ਜਾਂ 15 ਮਿੰਟ ਤੁਹਾਨੂੰ ਆ ਜਾਏਗੀ। ਅਤੇ ਟਾਈਮ ਥੋੜ੍ਹਾ ਜ਼ਿਆਦਾ ਹੋ ਗਿਆ, 8:30 ਵੱਜ ਗਏ ਸੀਗੇ। ਮੈਂ ਚਲੋ ਆਪਣਾ ਫੋਨ ਨੰਬਰ ਦੇ ਦਿਉ ਅਤੇ ਕੋਈ ਦਿੱਕਤ ਹੋਈ ਆਪਾਂ ਗੱਲ ਕਰ ਲਾਂਗੇ। ਅਤੇ ਉਹਨਾਂ ਨੇ ਆਪਣਾ ਫੋਨ ਨੰਬਰ ਦੇ ਦਿੱਤਾ, ਉਸ ਤੋਂ ਬਾਅਦ ਸਵੇਰੇ ਜਦੋਂ ਮੈਂ ਦੇਖਿਆ ਪੇਮੈਂਟ ਨਹੀਂ ਆਈ, 9:10 ਬੰਦਾ ਦੇਖਦਾ ਮੈਂ ਅਕਾਊਂਟ 'ਚ ਕੀਤਾ, ਪੇਮੈਂਟ ਨਹੀਂ ਆਈ। ਅਤੇ ਫਿਰ ਉਹਨਾਂ ਨੂੰ ਮੈਂ ਫੋਨ ਕੀਤਾ ਕਿ ਭਾਈ ਸਾਹਿਬ ਤੁਹਾਡਾ ਪੇਮੈਂਟ ਨਹੀਂ ਆਈ। ਕਹਿੰਦੇ ਕੋਈ ਨਹੀਂ ਭਾਈ, 3 ਵਜੇ ਤੱਕ ਪੇਮੈਂਟ ਆ ਜਾਏਗੀ ਤੁਹਾਨੂੰ, ਮੈਂ ਬੈਂਕ ਹੀ ਜਾ ਰਿਹਾ। ਉਸ ਤੋਂ ਬਾਅਦ ਇਹਨਾਂ ਨੇ ਫੋਨ ਵੀ ਬੰਦ ਕਰਤਾ, ਫਿਰ ਆਨਲਾਈਨ ਹੁੰਦੇ ਨੇ ਵਟਸਐਪ 'ਤੇ, ਆਨਲਾਈਨ ਵੀ ਇਹਨਾਂ ਨੇ ਵਟਸਐਪ ਵੀ ਬੰਦ ਕਰਤਾ, ਮੈਨੂੰ ਬਲੌਕ ਕਰ ਛੱਡਿਆ। ਠੀਕ ਹੈ, ਤਾਂ ਮੈਂ ਸਾਰੇ ਆਪਣੇ ਦੁਕਾਨਦਾਰ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ ਬੰਦੇ ਤੋਂ, ਇੱਦਾਂ ਦੇ ਲੋਕਾਂ ਤੋਂ ਬਚ ਕੇ ਰਹੋ। ਸਭ ਤੋਂ ਪਹਿਲਾਂ ਜਦੋਂ ਤੁਹਾਨੂੰ ਕੋਈ ਪੇਮੈਂਟ ਪਾਉਂਦਾ, ਸਭ ਤੋਂ ਪਹਿਲਾਂ ਉਹਦੇ ਮੈਸੇਜ ਦੇਖੋ। ਫੇਕ ਮੈਸੇਜ ਲੋਕ ਅੱਜ ਕੱਲ੍ਹ ਫਰੋਡ ਕਰਕੇ ਜਾ ਰਹੇ ਨੇ, ਮੇਰੇ ਨਾਲ ਤਾਂ ਫਰੋਡ ਹੋ ਗਿਆ, ਤੁਹਾਡੀ ਕਿਸੇ ਨਾਲ ਫਰੋਡ ਨਾ ਹੋਵੇ। ਸੋ ਇਹ ਜੋ ਲੋਕ ਨੇ ਇਹਨਾਂ ਨੂੰ ਪਛਾਣੋ ਅਤੇ ਮੇਰੀ ਹੈਲਪ ਕਰੋ ਇਹਨਾਂ ਨੂੰ ਫੜਨ 'ਤੇ। ਸਤਿ ਸ਼੍ਰੀ ਅਕਾਲ ਜੀ।